सतलुज के हालात ने बने सतलुज के हालात ने जिन्ना लुधियाने का सीवरेज का पानी लगातार दो तीन साल हो गए बी ए मुद्दा चकदिया नूं बी गुरप्रीत सिंह चंदवाजे वर्गे अज बी होर बी अमतोज वर्गे खासे बंदे अज इत्थे आए आ पिछले साल भी आए सी पिछले साल भी आए सी तीन साल हो गए मुद्दा चकदिया नूं कि यार ए जिहड़ा सिद्धा पानी सारा जिन्ना लुधियाने दा डेयरियां दा आ कोल्ड ड्रिंक अपना दो कदे दे इधरों ही भाड़ा इधरों भी काला ते जिन्ना सीवरेज दा लुधियाने दा पानी आ जिन्ना फैक्ट्रियां दा जहरीला पानी आ जिन्ना भी गंद मंद सारा देख लो ऐ नहर वांगू जांदा इक नहर वांगू पूरी नहर बगी जांदी ते ओह गांह जाके सतलुज दे विच ने मिल जाणा ਹੁਣੇ ਤੁਸੀਂ ਇਹੀ ਪਾਣੀ ਆਪਾਂ ਪੀਨੇ ਆ ਉੱਥੋਂ ਹਰੀ ਕੇ ਪੱਤਣ ਤੋਂ ਜਾ ਕੇ ਅੱਗੇ ਜਿਹੜੀਆਂ ਨਹਿਰਾਂ ਨਿਕਲਦੀਆਂ ਨੇ ਕਿੰਨੇ ਉਹ ਨਹਿਰਾਂ ਗਾਹਾਂ ਕਿੰਨੇ ਜ਼ਿਲ੍ਹਿਆਂ 'ਚ ਜਾਂਦੀਆਂ ਨੇ ਗਾਹਾਂ ਉਹੀ ਪਾਣੀ ਲੋਕ ਪੀਂਦੇ ਨੇ ਫਸਲਾਂ ਨੂੰ ਵੀ ਲਾਉਂਦੇ ਨੇ ਸਬਜ਼ੀਆਂ ਨੂੰ ਵੀ ਲਾਉਂਦੇ ਨੇ ਉਹੀ ਫਸਲਾਂ ਉਹੀ ਸਬਜ਼ੀਆਂ ਆਪਾਂ ਖਾਂਦੇ ਹਾਂ ਤਾਂ ਇਸ ਕਰਕੇ ਇਹ ਹੁਣੇ ਫੈਸਲਾ ਨਵੀਂ ਬਣੀ ਸਰਕਾਰ ਆ ਅਤੇ ਨਵੀਂ ਬਣੀ ਸਰਕਾਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਪੈਸੇ ਸਾਡੇ ਨਾਲ ਲਗਾਤਾਰ ਇੱਥੇ ਦੋ ਤਿੰਨ ਵਾਰੀ ਜਿਹੜੇ ਅੱਜ ਕੱਲ੍ਹ ਸਪੀਕਰ ਨੇ ਕੁਲਤਾਰ ਸਿੰਘ ਸੰਧਮਾ ਜੀ ਉਹ ਵੀ ਆਏ ਨੇ ਉਹਨਾਂ ਨੇ ਵੀ ਇੱਥੇ ਦੌਰਾ ਕੀਤਾ ਸਤਲੁਜ ਦਾ ਬੁੱਢੇ ਦਰਿਆ ਦਾ ਉਹਨਾਂ ਨੇ ਸਾਰਾ ਅੱਖੀ ਦੇਖਿਆ ਹੋਇਆ ਇਹ ਸਾਰਾ ਜਿਹੜਾ ਪਾਣੀ ਵਾਲਾ ਸੀਨ ਹੈ ਤਾਂ ਅੱਜ ਜੋ ਸਪੀਕਰ ਨੇ ਸਰਕਾਰ ਉਹਨਾਂ ਦੀ ਹੈ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਨੂੰ ਨੱਥ ਪਾਈ ਜਾਊਗੀ ਕਿ ਇਹ ਪਾਣੀ ਰੋਕਿਆ ਜਾਊਗਾ ਕਿ ਜਿਹੜਾ ਲੋਕਾਂ ਦੀ ਜ਼ਿੰਦਗੀ ਨਾਲ ਲੋਕਾਂ ਦੀਆਂ ਸਿਹਤਾਂ ਨਾਲ ਖਿਲਵਾੜ ਹੋ ਰਿਹਾ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਰਹੀਆਂ ਨੇ ਆਪਾਂ ਦੇਖ ਰਹੇ ਹਾਂ ਕਿਵੇਂ ਘਰ ਘਰ ਕੈਂਸਰ ਵੜ ਗਿਆ ਇੱਥੇ ਕਿਹੜਾ ਪਿੰਡ ਹੈ ਸਾਰੇ ਪਿੰਡ 'ਚ ਕਾਲਾ ਪੀ ਲਿਆ ਗੋਸਪੁਰਾ ਸਾਰੇ ਪਿੰਡ 'ਚ ਹਰ ਪਿੰਡ ਦੇ ਹਰ ਮਤਲਬ ਕਿ ਪਰਿਵਾਰ ਦੇ ਮੈਂਬਰ ਨੂੰ ਕਾਲਾ ਪੀ ਲਿਆ ਹੋਇਆ ਪਿਆ ਅਤੇ ਇਹ ਹੁਣ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਨੱਥ ਪਾਈ ਜਾਵੇ ਇਹ ਤਾਂ ਹਾਲੇ ਉਹ ਪਾਣੀ ਹੈ ਜਿਹੜਾ ਕਹਿੰਦੇ ਅਸੀਂ ਸਾਫ਼ ਕਰਕੇ ਭੇਜ ਰਹੇ ਹਾਂ ਇਹਦੇ ਕੋਲ ਖੜ੍ਹ ਨਹੀਂ ਹੁੰਦਾ ਇੱਥੇ ਮੈਂ ਜਿਹੜਾ ਬੰਦਾ ਵੀ ਸਾਡੀ ਗੱਲ ਸੁਣੂਗਾ ਨਾ ਇਹ ਕਾਸਾਬਾਦ ਪਿੰਡ ਖੜ੍ਹੇ ਹਾਂ ਅਸੀਂ ਕਾਸਾਬਾਦ ਕੋਲ ਪਿੰਡ ਕੋਲ ਪੁਲ ਪੈਂਦਾ ਜ਼ਰੂਰ ਯਾਰ ਇੱਥੇ ਖੜ੍ਹ ਕੇ ਕਦੇ 5 ਮਿੰਟ ਦੇਖ ਕੇ ਜਾਇਓ ਕਿ ਕਿੰਨਾ ਮੁਸ਼ਕ ਭੈੜਾ ਮਾਰਦਾ ਇੱਥੇ ਬੰਦਾ 5-4 ਮਿੰਟ ਵੀ ਖੜ੍ਹ ਨਹੀਂ ਸਕਦਾ ਤਾਂ ਇਹ ਸਾਰਾ ਪਾਣੀ ਆਪਾਂ ਦੇਖ ਰਹੇ ਹਾਂ ਵੀ ਦਰਿਆ ਸਤਲੁਜ ਪੈਂਦਾ ਪਾਣੀ ਆਪਾਂ ਦੇਖ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਿਨੋਂ ਦਿਨ ਜਿਹੜੀ ਪਾਣੀ ਦੀ ਉਹ ਕਿੱਲਤ ਹੋ ਰਹੀ ਹੈ ਦਿਨੋਂ ਦਿਨ ਪਾਣੀ ਸਾਡਾ ਧਰਤੀ ਹੇਠਲਾ ਪੱਤਣਾਂ ਦਾ ਪਾਣੀ ਸੁੱਕ ਰਿਹਾ ਅਤੇ ਦਰਿਆਵਾਂ ਵਾਲੇ ਪਾਣੀਆਂ ਦਾ ਸਾਡਾ ਆਹ ਹਾਲ ਹੈ ਜਿਹਦੇ ਉੱਤੇ ਅਸੀਂ ਕਹਿੰਦੇ ਹਾਂ ਕਿ ਆਉਣ ਵਾਲੇ ਸਮੇਂ ਜੇ ਪੱਤਣ ਸਾਡੇ ਸੁੱਕ ਗਏ ਤਾਂ ਅਸੀਂ ਦਰਿਆਵਾਂ ਵਾਲੇ ਪਾਣੀ 'ਤੇ ਟਾਈਮ ਪੂਰਾ ਕਰ ਲਾਂਗੇ ਪਰ ਉਹ ਇਹਨਾਂ ਨੇ ਜ਼ਹਿਰੀਲਾ ਕਰਤਾ ਆਪਾਂ ਪਹਿਲਾਂ ਵੀ ਬਹੁਤ ਵਾਰੀ ਬੋਲੀਆਂ ਨਾ ਇਹ ਗੱਲਾਂ ਕਿ ਸਾਡਾ ਦਰਿਆਵਾਂ ਵਾਲਾ ਪਾਣੀ ਪਲੀਤ ਹੋ ਗਿਆ ਜ਼ਹਿਰੀਲਾ ਹੋ ਗਿਆ ਦਰਿਆ ਪੱਤਣ ਵਾਲਾ ਸੁੱਕ ਗਿਆ ਸੋ ਇਸ ਕਰਕੇ ਇਹ ਹੁਣ ਸਰਕਾਰ ਦੇ ਧਿਆਨ 'ਚ ਦੁਬਾਰਾ ਫੇਰ ਲਿਆਉਂਦੇ ਕੁਲਤਾਰ ਸਿੰਘ ਸੰਧਵਾ ਜੀ ਤੁਸੀਂ ਸਾਡੇ 4 ਵਾਰੀ ਇੱਥੇ ਆ ਚੁੱਕੇ ਹੋ ਮੌਕਾ ਦੇਖ ਚੁੱਕੇ ਹੋ ਤੁਹਾਡੇ ਧਿਆਨ 'ਚ ਲਿਆਉਂਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਦੇ ਧਿਆਨ 'ਚ ਲਿਆਉਂਦੇ ਹਾਂ ਕਿ ਇਹ ਜਿਹੜਾ ਪਾਣੀ ਹੈ ਇਹ ਬੰਦ ਹੋਣਾ ਚਾਹੀਦਾ ਇਹ ਤਾਂ ਯਾਰ ਇਹਦਾ ਸਿੱਧਾ ਗੰਦਾ ਪੈ ਰਿਹਾ ਸੀ ਕਹਿੰਦਾ ਸਾਫ਼ ਕਰਕੇ ਵੀ ਨਹੀਂ ਪੈਣਾ ਚਾਹੀਦਾ ਜੇ ਸਾਫ਼ ਕਰਨਾ ਹੈ ਕੋਈ ਫੈਕਟਰੀਆਂ ਦਾ ਪਾਣੀ ਆ ਸੀਵਰੇਜ ਵਾਲਾ ਪਾਣੀ ਹੈ ਉਹਨੂੰ ਸਾਫ਼ ਕਰਕੇ ਖੇਤਾਂ ਨੂੰ ਲੱਗਦਾ ਕਰ ਦੋ ਜੇ ਕਰਨਾ ਕਿਤੇ ਫਿਰ ਪਰ ਦਰਿਆ 'ਚ ਜਿੱਥੇ ਲੋਕਾਂ ਨੇ ਪੀਣਾ ਪਾਣੀ ਉੱਥੇ ਨਹੀਂ ਪੈਣਾ ਚਾਹੀਦਾ ਪਰ ਦੇਖਦੇ ਹਾਂ ਆਪਾਂ ਦੂਜੇ ਪਾਸੇ ਇੱਥੋਂ ਰਾਜ ਸਭਾ ਮੈਂਬਰ ਜਿਹੜੇ ਗਏ ਨੇ ਲੁਧਿਆਣੇ ਤੋਂ ਅਰੋੜਾ ਜੀ ਉਹਨਾਂ ਦੀਆਂ ਵੀ ਸੈਂਕੜੇ ਫੈਕਟਰੀਆਂ ਨੇ ਇਸੇ ਕਰਕੇ ਤਾਂ ਪਿੱਟਦੇ ਸੀ ਕਹਿੰਦੇ ਨੇ ਚੱਕ ਕੇ ਉਹ ਬੰਦੇ ਪੂੰਜੀਪਤੀ ਉੱਥੇ ਭੇਜਤੇ ਜਿਨ੍ਹਾਂ ਦੀਆਂ ਆਪਦੀਆਂ ਸੈਂਕੜੇ ਫੈਕਟਰੀਆਂ ਨੇ ਜਿਨ੍ਹਾਂ ਦੀਆਂ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਇੱਥੇ ਪੈਂਦਾ ਅਤੇ ਇੱਕ ਉਹ ਕਿਹੜਾ ਜੈਨ ਹੈ ਕੋਈ ਜੈਨ ਲੁਧਿਆਣੇ ਦਾ ਜਿਹੜਾ ਡਾਈਇੰਗ ਇੰਡਸਟਰੀ ਦਾ ਉਹੀ ਅਰੋੜਾ ਨਹੀਂ ਨਹੀਂ ਜੈਨ ਵੀ ਆ ਸੈਂਕੜੇ ਫੈਕਟਰੀਆਂ ਨੇ ਇਹ ਸਾਰਾ ਉਹ ਲੋਕ ਨੇ ਜਿਹੜੇ ਉਧਰ ਦੂਜੇ ਪਾਸੇ ਸਰਕਾਰਾਂ ਚ ਵੀ ਨੇ ਹੱਥ ਇਹਨਾਂ ਦੇ ਉੱਪਰ ਸੈਂਟਰ ਤੱਕ ਮਿਲੇ ਹੋਏ ਨੇ ਅਤੇ ਇਸੇ ਕਰਕੇ ਪਿੱਟਦੇ ਸੀਗੇ ਰਾਜ ਸਭਾ ਦਾ ਮੈਂਬਰ 'ਚ ਘੱਟੋ ਘੱਟ ਉਹ ਬੰਦੇ ਭੇਜ ਦਿਓ ਜਿਹੜੇ ਪੰਜਾਬ ਦੇ ਆਹ ਪਾਣੀਆਂ ਨੂੰ
पंजाब की धरती पंजाबी बोली लई जाके उत्थे कोई बंदा बोले जां पंजाब दी किसानी लई बोले पंजाब दे मजदूरां लई बोले पंजाब दे हक्कां लई बोले पंजाब दे राजधानियां लई बोले पंजाब दी धरती लई बोले पर इत्थों गए किहड़े बंदे आ जिन्हां ने आ गंद घोलिया जिन्हां ने आ साडे पाणी पीण कीते इही ओही रोड़े अरगे आ जिहड़े लुधियाणे तों गए आ जिहदी घट्टो घट्ट 2-250 फैक्टरी होणी बंदे सो देखदे आ आउण वाले दिनां च सरकार की करदी आ नहीं फिर तैयार रहो पंजाब वाले बन्न मारांगे भाई इत्थे यही सोच के आए हैं लोगों लाम बंद करके कट्ठे करके इतने बन्न मार के पानी एक बूंद पानी नहीं पैन देना सतलुज दे विच किसे पास्यों बाकी तुहानूं एक होर कहना चाहुंना तुसी जिथे थोड़े मैं होर भी देखना पिंडां दे विच आम तौर पर अपने घर के कोल दी जां पिंड दे कोल दी कोई नहर वगदी आ कोई कस्सी वगदी आ कोई सूआ वगदा तां उत्थे भी लोग पिंडां दा कोई सीवरेज वाला पानी गंद मंद वाला कोई घर का पानी कोई गोहे वाला पानी कोई पता नहीं कासे वाला कासे वाला उत्थे भी पानी च पाई जांदे आ वह भी रोकया करो वह भी गैर कानूनी है वह भी रोको जी करते लोग सारा गंदा मंदा पानी इकट्ठा करके धरती हेठा बोर कर देंगे वह पत्तन च रलाई जाते हैं तो उही पानी यार आप पी जाने तो बचा है किमें फिर कह दें साडा अटैक होके मर गया जी 20 साल का मुंडा जी साडा तो जी 40 साल का सी कैंसर हो गया होना ही है यार उही जहर आप जी थले धरती सीटी जाने उही आप कड़ पी जाने उत्थे भी गौर कराया करो भी कोई आले दुआले पा रहा है थोड़े याद होना पिछले पिछले तो पिछले साल की गल आ इतने नीलों पुल से एक डेरा बनाई बैठा साध जहा वो सारा नहर का जंगलात महकमे की जगह रोकी बैठा मील बढ़ के नहर के नाल ने डेरा बना लिया बच्चा तो नाले जिन्ना उत्थे घोड़े घाड़े घोड़िया उत्थे मझा गावं रखी बैठा वो सारा जिन्ना गंदा मंदा पानी सारा जहा नहर च पाई जाता वो पिछे ही रौला पाया था 2 साल पहला उत्थे उल्टा जो असी गलबात चलाई डीसी मिले लुधियाने DFO ਨੂੰ ਮਿਲੇ ਜਿਹੜੇ ਜੰਗਲਾਤ ਮਹਿਕਮੇ ਦਾ ਹੁੰਦਾ ਤਾਂ ਸਾਧੂ ਸਿੰਘ ਹੁੰਦਾ ਸੀ ਜਿਹੜਾ ਧਰਮਸ਼ੋਤ ਮੱਲਾ ਜੰਗਲਾਤ ਮੰਤਰੀ ਉਹਨੂੰ ਜਾ ਕੇ ਮਿਲੇ ਵੀ ਇਹ ਗੰਦਾ ਪਾਣੀ ਅਸੀਂ ਇਹੀ ਪਾਣੀ ਪੀਂਦੇ ਹਾਂ ਨਹਿਰਾਂ ਦਾ ਗਾਹਾਂ ਵਾਟਰ ਬਸ ਮੇਰੇ ਪਿੰਡ ਦਾ ਵੀ ਪਾਣੀ ਉਹੀ ਨਹਿਰ ਦਾ ਜਾਂਦਾ ਲੁਧਿਆਣੇ ਵਾਲੀ ਦਾ ਨੀਲੋਂ ਵਾਲੀ ਦਾ ਤਾਂ ਮੈਂ ਕਿਹਾ ਇਹ ਪਾਣੀ ਉਹ ਪਾਈ ਜਾਂਦਾ ਉਲਟਾ ਸਾਨੂੰ ਹੀ ਉੱਥੇ ਸੀ ਤੋਂ ਗਏ ਵੀ ਡੇਰਾ ਚਕਣਾ ਉਲਟਾ ਸਾਨੂੰ ਹੀ ਉੱਥੇ ਪੁਲਿਸ ਫੜਨ ਆ ਗਈ ਸੀ ਇਹ ਜਿਹੜੀਆਂ ਗੱਲਾਂ ਤੋਂ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹੁੰਦੇ ਕਿ ਸੋਡੇ ਤੇ ਉਮੀਦਾਂ ਹੈਗੀਆਂ ਨੇ ਆਸਾਂ ਹੈਗੀਆਂ ਸੋਡੇ ਧਿਆਨ ਦੇ ਵਿੱਚ ਸਮੇਂ ਸਮੇਂ ਤੇ ਅਸੀਂ ਜਿਹੜੀਆਂ ਗੱਲਾਂ ਬਾਤਾਂ ਧਿਆਨ 'ਚ ਲਿਆਉਂਦੇ ਰਹਾਂਗੇ ਕਿ ਮਸਲੇ ਕਿਹੜੇ ਆ ਅਤੇ ਹੱਲ ਤੁਸੀਂ ਕਰਨਾ ਸੋ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਇੱਕ ਪਾਸੇ ਕਹਿ ਰਹੇ ਹਾਂ ਕਿ ਅਸੀਂ ਸਿਹਤ ਸਹੂਲਤਾਂ ਠੀਕ ਕਰਾਂਗੇ ਸਿਹਤ ਸਹੂਲਤਾਂ ਠੀਕ ਕਰੋਗੇ ਇਕੱਲੇ ਹਸਪਤਾਲ ਬਣਾਉਣ ਵਾਲੀ ਨਾ ਗੱਲ ਬਣਨੀ ਜਾਂ ਇਕੱਲੇ ਡਾਕਟਰ ਭਰਤੀ ਕਰਨ ਵਾਲੀ ਨਾ ਗੱਲ ਬਣਨੀ ਇਹ ਗੱਲ ਤਾਂ ਬਣੂਗੀ ਜਿੱਥੋਂ ਸਾਡੀ ਸਿਹਤ ਨਾਲ ਖਿਲਵਾੜ ਹੁੰਦਾ ਸਿਹਤਾਂ ਸਾਡੀਆਂ ਵਿਗੜਦੀਆਂ ਨੇ ਉਹ ਇੱਥੋਂ ਨੇ ਆਹ ਦੇਖ ਲਓ ਆਹ ਦਿਖਾ ਦੇ ਯਾਰ ਮਾੜਾ ਆਹ ਦਰਿਆ 'ਚ ਖੜੇ ਆ ਬਾਈ ਸਤਲੁਜ ਦਰਿਆ 'ਚ ਖੜੇ ਆ ਬਾਈ ਇੱਥੇ ਮੈਨੂੰ ਲੱਗਦਾ ਕਿਸੇ ਨੂੰ ਜੋ ਮੂੰਹ ਲਿਆ ਕੇ ਵਿੱਚ ਖੜਾ ਦੇ 10 ਮਿੰਟ ਬੰਦਾ ਮਰ ਜੂ ਯਾਰ ਆਹ ਦਿਖਾ ਦਿਆ ਨਿਰਾ ਗੰਦ ਉਹ ਨੇੜਿਓਂ ਦੀਂਦਾ ਓਏ ਦਿਖਾ ਦੇ ਚੰਗੀ ਤਰ੍ਹਾਂ